ਇਹ ਉਹ ਧਰਤੀ ਪੰਜਾਬ ਦੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਰੂਪ ਬਾਣੀ ਦਾ ਜਿੱਥੇ ਉਤਾਰਾ ਹੋਇਆ ਹੋਵੇ, ਸੰਪਾਦਿਤ ਹੋਇਆ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ। ਖਾਲਸੇ ਦੇ ਪੰਜ ਤਖਤਾਂ ਵਿੱਚੋਂ ਤਿੰਨ ਪੰਜਾਬ ਦੀ ਧਰਤੀ 'ਤੇ ਹੋਣ, ਜਿਹੜੀ ਧਰਤੀ ਦਾ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਵਿੱਚ ਰੰਗਿਆ ਹੋਵੇ, ਉਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਉਣ ਦਾ ਸਾਨੂੰ ਮਾਣ ਹੋਣਾ ਚਾਹੀਦਾ। ਠੀਕ ਹੈ, ਸਰਕਾਰਾਂ ਦੀਆਂ ਬੜੀਆਂ ਸਮੱਸਿਆਵਾਂ ਨੇ, ਸਿਸਟਮ ਬੜਾ ਗੰਧਲਾ ਹੈ, ਪਰ ਗੰਧਲੇ ਸਿਸਟਮ ਤੋਂ, ਗੰਦੇ ਸਿਸਟਮ ਤੋਂ ਘਬਰਾ ਕੇ ਅਸੀਂ ਅੰਦਰ ਵੜ ਕੇ ਬਹਿ ਜਾਈਏ, ਅਸੀਂ ਮਰਨ ਕਰਨ ਲੱਗ ਜਾਈਏ ਵੀ ਹੁਣ ਤਾਂ ਗਿਆ ਕੰਮ। ਇਹ ਇਸ ਕਿਸਮ ਦੀਆਂ ਗੱਲਾਂ ਤਾਂ ਸਿੱਖਾਂ ਨੇ ਕਦੇ ਵੀ ਨਹੀਂ ਕਰੀਆਂ। ਪਿਆਰਿਓ, ਅੱਜ ਸਾਡੀ ਬਹੁਤ ਫਰਕ ਪੈ ਰਿਹਾ। ਮੈਂ ਤੁਹਾਨੂੰ ਯਾਦ ਕਰਾਉਣਾ, 1762 ਦੇ ਵੱਡੇ ਘੱਲੂ ਘਰ ਵੀ ਸਿੱਖ ਨੂੰ ਗੁਰੂ ਨੇ ਕਿਹੜੀ ਚੜ੍ਹਦੀ ਕਲਾ ਦਿੱਤੀ ਹੋਈ? ਸਿੱਖ ਨੂੰ ਤਾਂ ਗੁਰੂ ਨੇ ਮਤਲਬ ਹਰ ਪੋਜੀਸ਼ਨ ਵਿੱਚ ਉਹਨੇ ਹਮੇਸ਼ਾ ਪੋਜ਼ਿਟਿਵ ਸੋਚਣੇ। ਜਦੋਂ 1762 ਦੇ ਵੱਡੇ ਘੱਲੂ ਘਰੇ 'ਚ 60,000 ਗਿਣਤੀ ਹੈ ਆਪਣੀ ਸਿੱਖਾਂ ਦੀ, ਟੋਟਲ 30,000 ਸਿੰਘਣੀਆਂ ਬੱਚੇ ਸ਼ਹੀਦ ਹੋ ਗਏ, ਅੱਧੇ ਰਹਿ ਗਏ, ਅੱਧੇ ਸ਼ਹੀਦ ਹੋ ਗਏ। ਕੀ ਕਿਹਾ ਸਿੱਖਾਂ ਨੇ? ਉਹਨੇ ਬਹੁਤ ਔਖਾ ਹੁੰਦਾ ਕਿ ਅੱਧੇ ਸ਼ਹੀਦ ਹੋ ਗਏ ਹੋਣ, ਬਾਕੀ ਫੱਟੜ ਹੋਏ ਪਏ ਹੋਣ, ਕੋਈ ਹਾਏ ਵਿਲਕਾਰ ਹੋ ਰਿਹਾ ਹੋਵੇ ਉੱਥੇ, ਹੈਂ, ਕਿਹਦੀ ਲੱਤ ਵੱਢੀ, ਕਿਹਦੀ ਬਾਂਹ ਕੱਟੀ ਗਈ। 22 ਫੱਟ ਸਰਦਾਰ ਜੱਸਾ ਸਿੰਘ ਆਲੂਵਾਲੀ ਦੇ ਲੱਗੇ ਸੀ। ਉਹ ਇਹੋ ਜਿਹੇ ਹਾਲਾਤਾਂ ਵਿੱਚ ਸੋਚ ਕੇ ਵੇਖੋ, ਜੇ ਆਪਾਂ ਹੁੰਦੇ ਆਪਾਂ ਕੀ ਕਰਦੇ? ਆਪਾਂ ਤਾਂ ਭਜਦੇ ਆ, ਤਾਂ ਆਪਾਂ ਯਾਰ ਇੱਧਰ ਹੀ ਰਲ ਜਾਓ ਦੂਜੇ ਪਾਸੇ, ਫਿਰ ਤਾਂ ਮਾਰਦੇ, ਹਨਾ, ਇਵੇਂ ਦੀ ਹਾਲਤ ਆਉਣੀ ਸੀ। ਪਰ ਉਹਨਾਂ ਸਿੱਖਾਂ ਨੇ ਕਿਹਾ, ਜਦੋਂ ਇੰਨੀਆਂ ਸ਼ਹੀਦੀਆਂ ਹੋ ਗਈਆਂ, ਅੱਧੀ ਕੌਮ ਸ਼ਹੀਦ ਹੋ ਗਈ, ਅੱਧੀ ਉਈ ਮਰ ਜਾਣ, ਨਹੀਂ ਤਾਂ ਬੰਦੇ ਵੀ ਹਾਏ ਕੀ ਹੋ ਗਿਆ। ਪਰ ਜਿਹੜੇ ਬਚੇ ਉਹ ਕਹਿੰਦੇ ਕੱਚੇ ਕੱਚੇ ਝੜ ਗਏ। ਹੁਣ ਇਮਾਨਦਾਰੀ ਨਾਲ ਸੋਚੋ, ਜਿਹੜੇ ਸ਼ਹੀਦੀਆਂ ਪਾ ਗਏ ਉਹ ਕਿਤੇ ਕੱਚੇ ਸੀ? ਕੱਚੇ ਤਾਂ ਅਗਲੇ ਨਾਲ ਰਲ ਜਾਂਦੇ, ਪਰ ਹਰ ਪੋਜੀਸ਼ਨ ਦੇ ਵਿੱਚ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹੁੰਦਾ। ਇਸ ਲਈ ਸਿੱਖਾਂ ਨੇ ਇਹ ਲਫ਼ਜ਼ ਕਹੇ ਸੀ ਕਿ ਕੋਈ ਗੱਲ ਨਹੀਂ, ਕੱਚੇ ਕੱਚੇ ਚੜ੍ਹ ਗਏ, ਹਜੇ ਹੈਗੇ ਹਾਂ, ਅਸੀਂ ਟੱਕਰਾਂਗੇ, ਹਜੇ ਅਸੀਂ ਲੜਾਂਗੇ, ਅਸੀਂ ਹੈਗੇ ਹਾਂ। ਹਰ ਪੋਜੀਸ਼ਨ 'ਚ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਇਹ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਸਿਖਾਇਆ ਹੋਇਆ। ਗੁਰੂ ਸਾਹਿਬ ਆਪ ਰਹੇ ਨੇ, ਆਪ ਕਿਉਂ ਮਾਛੀਵਾੜੇ ਦੇ ਵਿੱਚ ਇਸ ਤਰ੍ਹਾਂ ਬੇਫਿਕਰੀ ਨਾਲ ਉਹਨਾਂ ਦਾ ਟਿੰਡ ਦਾ ਸਰਾਣਾ ਲਾ ਕੇ ਸੌਣ ਦਾ ਅਰਥ ਕੀ ਹੈ? ਸਰਬੰਸ ਵਾਰ ਕੇ ਸ਼ੁਕਰ ਕਰਨ ਦਾ ਅਰਥ ਕੀ ਹੈ? ਫਿਰ ਸਿੱਖਾਂ ਨੂੰ ਵੀ ਉਸ ਪੋਜੀਸ਼ਨ ਤੇ ਲੈ ਕੇ ਆਏ ਨੇ ਵੀ ਵੇਖ ਲਓ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲਾ ਕੇ ਜਿੰਨੇ ਵੀ ਗੁਰਸਿੱਖ ਹੋਏ ਆ ਕਿਵੇਂ ਦੀਆਂ ਪੋਜੀਸ਼ਨਾਂ 'ਚ, ਸਭ ਚੜ੍ਹਦੀ ਕਲਾ 'ਚ ਹੋਏ। ਹਰ ਮੌਕੇ ਇਹ ਸੋਚਣਾ ਵੀ ਸਵਾ ਸਵਾ ਮਨ ਦੇ ਪੀਸਣ ਪਸਾ ਕੇ, ਜਵਾਕਾਂ ਦੇ ਟੁਕੜਿਆਂ ਦੇ ਹਾਰ ਗਲਾਂ 'ਚ ਪਵਾ ਕੇ ਵੀ ਚੜ੍ਹਦੀ ਕਲਾ, ਉਹ ਚੜ੍ਹਦੀ ਕਲਾ ਕਿੱਥੋਂ ਮਿਲਦੀ ਸੀ ਉਹਨਾਂ ਨੂੰ? ਉਹ ਚੜ੍ਹਦੀ ਕਲਾ ਮਿਲਦੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ, ਉਹ ਚੜ੍ਹਦੀ ਕਲਾ ਮਿਲਦੀ ਸੀ ਨਿਤਨੇਮ 'ਚੋਂ। ਅਤੇ ਅੱਜ ਆਪਾਂ ਜਿੰਨੇ ਪੰਥ ਦੀ ਫਿਕਰ ਕਰਨ ਵਾਲੇ ਹਾਂ, ਇਮਾਨਦਾਰੀ ਨਾਲ ਜੇ ਪੁੱਛ ਲਈ ਵੀ ਨਿਤਨੇਮ, ਮੇਰਾ ਵੀਰ ਬੁਰਾ ਨਾ ਮਨਾਇਓ, ਬਹੁਤੇ ਅਸੀਂ ਨਿਤਨੇਮ ਨਹੀਂ ਕਰਦੇ। ਨਿਤਨੇਮ ਤਾਂ ਸਿੱਖ ਦੀਆਂ ਜੜ੍ਹਾਂ ਨੇ, ਨਿਤਨੇਮ ਤਾਂ ਸਿੱਖ ਦੀ ਪੂੰਜੀ ਹੈ। ਨਿਤਨੇਮ ਤੋਂ ਟੁੱਟਿਆ ਹੋਇਆ ਵਿਅਕਤੀ, ਗੁਰਬਾਣੀ ਤੋਂ ਟੁੱਟਿਆ ਹੋਇਆ ਵਿਅਕਤੀ, ਉਹ ਤਾਂ ਵਿਚਾਰੇ ਦਾ ਅੰਦਰ ਜਲੂਸ ਨਿਕਲਿਆ ਪਿਆ ਉਹਦਾ ਤਾਂ।